ਹਾਂਜੀ ਕਿਸਾਨ ਵੀਰੋ ਸਾਰੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਚਰੀ ਜਵਾਰ ਜਿਹੜੀ ਚਾਰੇ ਵਾਲੀ ਫਸਲ ਹੈ ਉਹਦੇ ਵਿੱਚ ਸ਼ੁਰੂਆਤੀ ਮਹੀਨੇ ਦੇ ਵਿੱਚ ਕਈ ਵਾਰ ਛਾਖ ਦੀ ਮੱਖੀ ਜਾਂ ਕੀੜੀ ਤੁਸੀਂ ਕਹਿ ਦਿੰਦੇ ਹੋ ਜਿਹਦੇ ਨਾਲ ਗਰੋਇੰਗ ਪੁਆਇੰਟ ਹੈ ਜਿਹੜਾ ਟੂਸਾ ਹੁੰਦਾ ਉਹ ਸੁੱਕਦਾ ਹੈ ਗਰੋਥ ਨਹੀਂ ਪ੍ਰੋਪਰ ਹੁੰਦੀ ਉਹਦੀ ਆਪਾਂ ਰੋਕਥਾਮ ਜਿਹੜੀ ਬਜਾਈ ਸਮੇਂ ਹੀ ਬੀਜ ਤੋਂ ਹੀ ਜਿਹੜੀ ਹੈਗੀ ਉਹਦੀ ਰੋਕத் ਥੰਮ ਕਰ ਦੇਣੀ ਹੈ ਇਹ ਜਿਹੜਾ ਜ਼ਰੂਰੀ ਨੁਕਤਾ ਹੈ ਤਾਂ ਕਿ ਫਸਲ ਦਾ ਵਧੀਆ ਵਾਧਾ ਸ਼ੁਰੂਆਤ ਦੇ ਵਿੱਚ ਹੀ ਹੋਵੇ ਤਾਂ ਕਿ ਜਲਦੀ ਜਿਹੜੀ ਫਸਲ ਦੀ ਕਟਾਈ ਆ ਉਹ ਪਹਿਲੀ ਕਟਾਈ ਆਪਾਂ ਜਲਦੀ ਲੈ ਸਕੀਏ ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਜੇ ਕੋਈ ਨਵੇਂ ਕਿਸਾਨ ਵਿੱਚ ਜੁੜੇ ਉਹਨਾਂ ਨੂੰ ਵੀ ਇਹਦੇ ਇੱਕ ਚੈਨਲ ਸਬਸਕ੍ਰਾਈਬ ਕਰਕੇ ਬੈਲ ਆ ਦਾ ਬਟਨ ਦਬਾਓ ਜੇ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੇਜ ਫੋਲੋ ਕਰ ਸਕਦੇ ਹੋ ਸੋ ਕਿਸਾਨ ਵੀਰੋ ਜਿਹੜੀ ਜਵਾਰ ਦੇ ਵਿੱਚ ਪਹਿਲੇ ਮਹੀਨੇ ਜਦੋਂ ਆਪਾਂ ਫਸਲ ਦੀ ਬਿਜਾਈ ਕਰਦੇ ਆਂ ਉਦੋਂ 1 ਮਹੀਨੇ ਦੇ ਅੰਦਰ ਅੰਦਰ ਖਾਸ ਤੌਰ ਤੇ ਜਿਹੜੀ ਹੈਗੀ 15 ਕ ਦਿਨ ਦੀ ਜਦੋਂ ਫਸਲ ਹੁੰਦੀ ਆ ਤਾਂ ਉਦੋਂ ਬੂਟੇ ਵਿੱਚੋਂ ਵਿੱਚੋਂ ਜਿਹੜਾ ਹੈਗਾ ਉਹਦਾ ਟੂਸਾ ਜਿਹੜਾ ਜਿਹੜੀ ਸ਼ਾਖ ਜਿੱਥੋਂ ਗਰੋਥ ਹੋਣੀ ਹੁੰਦੀ ਜਿੱਥੋਂ ਨਵੇਂ ਪੱਤੇ ਨਿਕਲਦੇ ਆ ਤੇ ਬੂਟੇ ਦਾ ਕੱਦ ਵੱਧਦਾ ਕਈ ਵਾਰ ਉਹ ਸੁੱਕ ਜਾਂਦਾ ਤਾਂ ਜਦੋਂ ਆਪਾਂ ਬਾਹਰ ਖਿੱਚ ਕੇ ਕੱਢਦੇ ਤਾਂ ਬਾਹਰ ਆਸਾਨੀ ਨਾਲ ਨਿਕਲ ਆਉਂਦਾ ਤੇ ਬੂਟੇ ਦਾ ਵਾਧਾ ਰੁਕ ਜਾਂਦਾ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਦੋਂ ਉੱਪਰਲਾ ਜਿਹੜਾ ਹੈਗਾ ਗਰੋਥ ਰੁਕ ਜਾਂਦੀ ਤਾਂ ਸਾਈਡਾਂ ਤੋਂ ਉਹਦੀਆਂ ਸ਼ਖਾਵਾਂ ਹੋਰ ਨਿਕਲਿਆ ਆਉਂਦੀਆਂ ਨੇ ਕਿਉਂਕਿ ਬੂਟੇ ਨੇ ਆਪਣੀ ਗਰੋਥ ਤਾਂ ਕਰਨੀ ਹੁੰਦੀ ਜਦੋਂ ਉਹ ਵਾਧਾ ਰੁਕ ਗਿਆ ਤਾਂ ਜਦੋਂ ਉਹ ਕੱਟੀ ਗਈ ਤਾਂ ਫਿਰ ਸਾਈਡਾਂ ਤੋਂ ਜਿਹੜੀ ਹੈਗੀ ਹੈ ਸ਼ਖਾਵਾਂ ਨਿਕਲਿਆ ਆਉਂਦੀਆਂ ਨੇ ਇਹ ਹਮਲਾ ਹੁੰਦਾ ਹੈ ਸ਼ਾਖ ਦੀ ਮੱਖੀ ਦਾ ਜਿਹੜੇ ਸ਼ੂਟ ਫਲਾਈ ਆਪਾਂ ਕਹਿ ਦਿੰਦੇ ਆ ਕਈ ਕਿਸਾਨ ਫਿਰ ਕੀੜੀ ਕਹਿੰਦੇ ਆ ਵੈਸੇ ਇਹ ਜਿਹੜੀ ਹੈਗੀ ਹੈ ਸ਼ਾਖ ਦੀ ਮੱਖੀ ਆ ਸ਼ੂਟ ਫਲਾਈ ਆ ਤਾਂ ਇਹਦੀ ਰੋਗ ਥਾਂ ਵਾਸਤੇ ਆਪਾਂ ਕਿਸਾਨ ਵੀਰੋ ਜਦੋਂ ਬਜਾਈ ਕਰਨੀ ਆ ਖਾਸ ਤੌਰ ਤੇ ਜਿਹੜੀ ਜ਼ਿਆਦਾਤਰ ਕਿਸਾਨ ਵੀਰੋ ਬਜਾਈ ਕਰਦੇ ਆ April ਦੇ ਅੱਧ ਤੋਂ ਬਾਅਦ ਤੇ ਮਈ ਦੇ ਵਿੱਚ ਤੇ ਕਈ ਕਿਸਾਨ ਵੀ ਜਿਹੜੇ ਜੂਨ ਜੁਲਾਈ 'ਚ ਵੀ ਜਿਹੜੀ ਬਜਾਈ ਕਰਦੇ ਆ ਇਹਦੀ ਚਾਰੇ ਦੀ ਚਰੀ ਦੀ ਤਾਂ ਜਿਹੜੀ ਤਾਂ ਜੂਨ ਜੁਲਾਈ 'ਚ ਆਪਾਂ ਬਜਾਈ ਕਰਦੇ ਆ ਉਹਦੇ ਵਿੱਚ ਇਹਦਾ ਜ਼ਿਆਦਾ ਹਮਲਾ ਨਹੀਂ ਦੇਖਣ ਨੂੰ ਚਾ ਆਉਂਦਾ ਜਿਹੜੀ ਆਪਾਂ April ਦੇ ਆਖਰੀ ਹਫਤੇ ਤੱਕ ਜਾਂ ਮਈ 'ਚ ਜਿਹੜੀ ਬਜਾਈ ਕਰਦੇ ਆ ਉਹਦੇ ਵਿੱਚ ਕਈ ਵਾਰ ਹਮਲਾ ਹੋ ਜਾਂਦਾ ਪਹਿਲੇ ਮਹੀਨੇ ਜਦੋਂ ਫਸਲ ਛੋਟੀ ਹੁੰਦੀ ਹੈ ਤਾਂ ਉਹਦੇ ਵਾਸਤੇ ਜਦੋਂ ਆਪਾਂ ਬਜਾਈ ਕਰਨੀ ਆ ਤਾਂ ਬੀਜ ਨੂੰ ਸੋਧਣਾ ਥਾਇਓਮਥਾਕਸਮ 30% ਐਫਐਸ ਜਿਹੜੀ ਸਲੇਅਰ ਦੇ ਨਾਂ ਤੇ ਤੁਸੀਂ ਜਾਣਦੇ ਹੋ ਸਲੇਅਰ ਜਿਹਨੂੰ ਕਹਿ ਦਿੰਦੇ ਆ ਜਿਹੜੀ ਹਲਕੀ ਗੁਲਾਬੀ ਰੰਗ ਦੀ ਜਿਹੜੀ ਹੈਗੀ ਹੈ ਲਿਕਵਿਡ ਜਿਹਾ ਹੁੰਦਾ ਹੈ ਇਕਟਾਰਾ ਤੁਸੀਂ ਕਹਿ ਦਿੰਦੇ ਆ ਲਾਲ ਇਕਟਾਰਾ 30% ਐਫਐਸ ਥਾਇਓਮਥਾਕਸਮ 30% ਐਫਐਸ ਹੁੰਦੀ ਹੈ 10 ਐਮਐਲ ਪ੍ਰਤੀ ਕਿਲੋ ਬੀਜ ਬਜਾਈ ਤੋਂ ਪਹਿਲਾਂ ਜਿਹੜੀ ਬੀਜ ਨੂੰ ਸੋਧ ਲੈਣਾ ਜੇ ਤੁਸੀਂ 10 ਕਿਲੋ ਬੀ ਪਾਉਨੇ ਆ ਤਾਂ ਉਹਦੇ ਵਿੱਚ ਤੁਸੀਂ 100 ਐਮਐਲ ਵਰਤਣਾ ਤਾਂ ਇਹ ਬੀਜ ਜਿਹੜਾ ਤੁਸੀਂ ਸੋਧ ਕੇ ਬੀਜੋਗੇ ਤਾਂ ਜਿਹੜਾ ਸ਼ਾਖ ਦੀ ਮੱਖੀ ਦਾ ਹਮਲਾ ਉਹ ਨਹੀਂ ਹੋਊਗਾ ਉਹ ਤੋਂ ਬਚਤ ਰਹੂਗੀ ਫਸਲ ਦਾ ਵਾਧਾ ਵਧੀਆ ਰਹੂਗਾ ਖਿਆਲ ਇਹ ਰੱਖਣਾ ਕਿ ਜਿੱਥੇ ਆਪਾਂ ਬੀਜ ਸੋਧਿਆ ਉੱਥੇ 45 ਦਿਨਾਂ ਤੋਂ ਪਹਿਲਾਂ ਫਸਲ ਨਹੀਂ ਕੱਟਣੀ ਹੈਗੀ 45 ਦਿਨ ਤੋਂ ਬਾਅਦ ਕੱਟਣੀ ਹੈ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ